ਤੁਸੀਂ ਜੋ ਸੀਸੀਟੀਵੀ ਕੈਮਰੇ ਵਿੱਚ ਕੈਦ ਤਸਵੀਰਾਂ ਵੇਖ ਰਹੇ ਹੋ ਇਹ ਇੰਨਾ ਸ਼ਾਤਰ ਚੋਰ ਹੈ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿਉਂਕਿ ਸ਼ਾਤਰ ਚੋਰ ਨੰਗੇ ਪੈਰੀ ਲੰਮਾ ਸਮਾਂ ਵੱਖਰੇ ਵੱਖਰੇ ਘਰ ਦੀ ਰੈਕੀ ਕਰਦਾ ਹੈ ਅਤੇ ਜਦ ਪੁਲਿਸ ਨੂੰ ਇਸ ਦੀ ਭਣਕ ਪੈਂਦੀ ਹੈ ਤਾਂ ਪੁਲਿਸ ਉਸਦਾ ਪਿੱਛਾ ਕਰਦੀ ਹੈ ਅਤੇ ਪੁਲਿਸ ਨੂੰ ਚਕਮਾ ਦੇ ਕੇ ਉਹ ਇੱਕ ਘਰ ਦੇ ਵਿੱਚ ਦਾਖਲ ਹੋ ਜਾਂਦਾ ਹੈ। ਦਾਖਲ ਹੋਣ ਤੋਂ ਬਾਅਦ ਇੱਕ ਅਜਿਹੇ ਘਰ ਵਿੱਚ ਜਾਂਦਾ ਹੈ ਜੋ ਬਿਲਕੁਲ ਬੰਦ ਹੈ ਅਤੇ ਵੱਡੀਆਂ ਵੱਡੀਆਂ ਦੀਵਾਰਾਂ ਦੇ ਉੱਪਰ ਦੀ ਸ਼ਾਇਦ ਕੋਈ ਹੀ ਲੰਘ ਸਕਦਾ ਹੈ। ਪਰ ਸ਼ਾਤਰ ਚੋਰ ਇੰਨੀ ਫੁਰਤੀ ਦੇ ਨਾਲ ਘਰ ਵਿੱਚ ਦਾਖਲ ਹੁੰਦਾ ਹੈ ਕਿ ਘਰ ਵਿੱਚ ਪਿਆ 22 ਤੋਲੇ ਸੋਨਾ, ਨਕਦੀ ਅਤੇ ਘਰ ਅੰਦਰ ਖੜੀ ਐਕਟਿਵਾ ਨੂੰ ਸਟਾਰਟ ਕਰਕੇ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਅਤੇ ਪਰਿਵਾਰ ਨੂੰ ਕੰਨੋ ਕੰਨ ਖਬਰ ਨਹੀਂ ਹੋਣ ਦਿੰਦਾ। ਮੇਰਾ ਨਾਮ ਗਗਨਦੀਪ ਆ। ਸਾਡੇ ਘਰ ਚੋਰੀ ਹੋਈ ਆ 3:45 ਤੋਂ ਲੈ ਕੇ 4 ਵਜੇ ਦੇ ਵਿੱਚ। ਮੈਨੂੰ ਪਤਾ ਲੱਗਿਆ 4 ਤੋਂ 4:30 ਦੇ ਵਿੱਚ ਮੈਂ ਉੱਠੀ, ਜਦੋਂ ਮੈਂ ਵਾਸ਼ਰੂਮ ਲਈ ਆਈ, ਵਾਸ਼ਰੂਮ 'ਚ ਜਾ ਕੇ ਦੇਖਿਆ ਇੱਕ ਗੁੱਲਕ ਪਈ। ਵੀ ਉਹ ਗੁੱਲਕ ਸਾਰੀ ਰਾਤ ਦੀ ਮੈਂ ਵਾਸ਼ਰੂਮ ਮਾਰੀ, ਉਹ ਤਾਂ ਹੈ ਨਹੀਂ ਸੀ, ਇਹ ਗੁੱਲਕ ਆਈ ਕਿੱਥੋਂ? ਜਦੋਂ ਦੇਖਿਆ ਸਾਡੀ ਅਲਮਾਰੀ ਖੁੱਲ੍ਹੀ, ਮੈਂ ਗੇਟ ਦੇਖਿਆ, ਗੇਟ ਵੀ ਖੁੱਲ੍ਹਾ। ਮੈਂ ਜਾ ਕੇ ਲਾਈਟ ਲਾ ਕੇ ਬਸ ਅਲਮਾਰੀ ਵਿੱਚ ਦੇਖਿਆ ਕਿ ਹਾਂ ਸਾਡਾ ਇੱਕ ਪਰਸ ਨਹੀਂ, ਸਾਡੀ ਗੁੱਲਕ ਨਹੀਂ। ਜਦੋਂ ਮੈਂ ਆਪਣੀ ਮੰਮੀ ਨੂੰ ਉਠਾਇਆ, ਮੰਮੀ ਨੇ ਸਟੋਰ ਦੇਖਿਆ, ਸਟੋਰ ਸਾਡਾ ਸਾਰਾ ਗਹਿਣਾ ਲੈ ਗਏ ਸੀਗੇ। ਇਸ ਲਈ ਅਸੀਂ ਘਬਰਾ ਗਏ, ਬਹੁਤ ਜ਼ਿਆਦਾ ਘਬਰਾ ਗਏ ਕਿ ਕੀ ਕਰੀਏ ਹੁਣ। ਮੈਂ ਆਪਣੇ ਡੈਡੀ ਨੂੰ ਉਠਾਇਆ, ਡੈਡੀ ਨੂੰ ਕੋਈ ਹੋਸ਼ ਨਹੀਂ ਸੀ ਕਿਉਂਕਿ ਉਹਨੇ ਸਾਨੂੰ ਸੁੰਘਾ ਦਿੱਤਾ ਸੀਗਾ ਕੁਛ। ਜੇ ਤੁਸੀਂ ਅੰਦਰ ਪਏ ਸੀ ਜਦੋਂ ਅੰਦਰੋਂ ਚੋਰੀ ਹੋਈ? ਹਾਂਜੀ, ਅੰਦਰੋਂ ਹੋਈ ਆ। ਮੈਂ ਅਤੇ ਮੰਮੀ ਅੰਦਰ ਪਏ ਸੀ, ਮੇਰੇ ਡੈਡੀ ਮੂਹਰੇ ਕਮਰੇ ਵਿੱਚ ਪਏ ਸੀਗੇ, ਅੰਦਰੋਂ ਚੋਰੀ ਹੋਈ ਆ ਸਾਡੇ। ਜਦੋਂ ਅਸੀਂ 2:45 'ਤੇ, ਸਾਨੂੰ 3 ਵਜੇ ਮੈਂ ਉੱਠਦੀ ਹਾਂ, ਮੈਨੂੰ ਕੋਈ ਹੋਸ਼ ਨਹੀਂ ਹੈਗੀ ਸਾਨੂੰ ਵੀ ਕਦੋਂ ਅਸੀਂ ਬੇਹੋਸ਼ੀ ਦੇ ਉਸਦੇ ਵਿੱਚ ਪਏ ਹਾਂ। ਸਾਨੂੰ ਕਿਸੇ ਨੇ ਵੀ ਸਾਨੂੰ ਬੇਹੋਸ਼ ਕਰਕੇ ਸਿੱਟ ਗਿਆ, ਸਾਨੂੰ ਐਂ ਨਹੀਂ ਪਤਾ ਲੱਗਿਆ ਵੀ ਕੀ ਹੋਇਆ। ਉਹ ਤਾਂ ਬੇਟੀ ਉੱਠੀ 2:45 ਤੋਂ ਪਹਿਲਾਂ ਉੱਠੀ, ਸਾਡਾ ਕੋਈ ਕੁਛ ਨਹੀਂ ਹੋਇਆ ਹੋਇਆ ਸੀਗਾ। ਜਦੋਂ 4:45 ਤੋਂ ਬਾਅਦ 4:45 ਦੇ ਵਿੱਚ ਦੇਖਿਆ ਉਹਨੇ ਆ ਕੇ ਵੀ ਇੱਥੇ ਗੁਲਕ ਸਿਸਟਮ 'ਤੇ ਕਿਵੇਂ ਆਈ ਸਾਡੀ। ਹਾਂ, ਸਾਰੀ ਰਾਤ ਦੀ ਸਿਸਟਮ ਦੇ ਉੱਤੇ ਸਾਡੀ ਗੁਲਕ ਨਹੀਂ ਸੀਗੀ। ਅਤੇ ਉਸ ਤੋਂ ਬਾਅਦ ਜਦੋਂ ਮੈਨੂੰ ਆ ਕੇ ਕਹਿੰਦੀ ਮੰਮੀ, ਕਹਿੰਦੀ ਵੀ ਬਾਹਰ ਗੇਟ ਖੁੱਲ੍ਹਾ ਪਿਆ ਗਾ, ਉੱਧਰ ਗੁਲਕ ਨਹੀਂ ਹੈਗੀ ਸਹਿਜ ਦੀ, ਉੱਪਰ ਮੇਰਾ ਪਰਸ ਨਹੀਂ ਹੈਗਾ ਵੀ ਆ ਕੇ ਪਰ ਉਹ ਵੀ ਪੌੜੀਆਂ ਕੋਲ ਸਾਡਾ ਸਾਰਾ ਸਮਾਨ ਸੁੱਟ ਕੇ ਗਏ ਨੇ ਫਲੋਰ ਕੇ। ਮੈਂ ਜਦੋਂ ਉਹਨੇ ਮੈਨੂੰ ਕਿਹਾ, ਮੈਂ ਨਾਲ ਦੀ ਨਾਲ ਸਟੋਰ ਦੇ ਵਿੱਚ ਗਈ, ਸਟੋਰ ਦੇ ਵਿੱਚ ਦੇਖਿਆ ਮੇਰਾ ਸਾਰਾ ਸਟੋਰ ਖਾਲੀ ਪਿਆ। ਮੇਰੇ ਸੈੱਟ ਸੀਗੇ, ਮੇਰੀ ਨੂੰਹ ਦਾ ਸੀਗਾ, ਮੇਰੇ ਬੇਟੇ ਦੇ ਕੜਾ ਛਾਂਪਾ ਸਾਰਾ ਕੁਛ ਸੀਗਾ, ਅਤੇ ਮੇਰੀ ਬੇਟੀ ਲੈ ਕੇ ਆਈ ਸੀ ਉੱਧਰ ਸਹੁਰਿਆਂ ਘਰੋਂ, ਉਹ ਸਾਰਾ ਸੀਗਾ। ਅਤੇ ਮੇਰਾ 15-20 ਲੱਖ ਦਾ ਨੁਕਸਾਨ ਹੋਇਆ, ਅਤੇ ਮੇਰਾ ਹੋਊਗਾ 10-15-20 ਹਜ਼ਾਰ ਰੁਪਈਆ ਮੇਰਾ ਘਰ ਪਿਆ ਸੀ। ਮੇਰੇ ਬੇਟੇ ਦੇ ਜੇਬਾਂ 'ਚੋਂ ਕੱਢ ਕੇ ਲੈ ਗਏ, ਮੇਰੇ ਆਦਮੀ ਦੇ ਉਹਦੇ ਹੈਂਡਬੈਗ ਸੀ ਉਹਦੇ ਵਿੱਚੋਂ ਲੈ ਕੇ ਗਏ ਕੱਢ ਕੇ। ਸਾਰਾ ਮੇਰੀ ਨੂੰਹ ਦਾ ਸੀਗੇ, 2000 ਸੀ ਮਤਲਬ ਕਿੰਨਾ ਸੀਗਾ ਉਹਦੇ ਵਿੱਚ ਪਰਸ ਦੇ ਵਿੱਚ, ਉਹ ਸਾਰਾ ਫਰੋਲਿਆ ਉਹਨਾਂ ਨੇ। ਤੁਹਾਡਾ ਕਹਿਣ ਦਾ ਮਤਲਬ ਸੁੰਘਾ ਕੇ ਸਾਨੂੰ? ਹਾਂਜੀ, 1.25 ਘੰਟੇ ਦੇ ਵਿੱਚ ਸਾਨੂੰ ਸਾਰਾ ਕੁਛ ਕਰਕੇ ਗਏ ਨੇ। ਨਹੀਂ, ਮੈਨੂੰ 3 ਵਜੇ ਉਹ ਆਉਂਦੀ ਜਾਗ ਆਉਂਦੀ। ਇਹ ਆਪਣਾ ਦਵਿੰਦਰ ਸਿੰਘ ਆਤਮਾ ਸਿੰਘ ਆਤਮਾਰਾਮ ਕਲੋਨੀ 'ਚ ਰਹਿੰਦੇ ਆ ਸਰਦਾਰ ਦਵਿੰਦਰ ਸਿੰਘ, ਅਤੇ ਉਹਨਾਂ ਦੇ ਘਰ ਦੇ ਵਿੱਚ ਸਾਰਾ ਪਰਿਵਾਰ ਪਿਆ ਸੀਗਾ। ਅਤੇ 5/6/2021 ਦੀ ਦਰਮਿਆਨੀ ਰਾਤ ਨੂੰ ਕੋਈ ਨਾਮਲੂਮ ਵਿਅਕਤੀ ਆਇਆ, ਨਾਮਲੂਮ ਵਿਅਕਤੀ ਆ ਕੇ ਉਹਨਾਂ ਦੇ ਘਰ ਦੇ ਅੰਦਰ ਜਿਹੜਾ ਵੀ ਉਹਨਾਂ ਦਾ ਕੁਝ ਕੈਸ਼ ਸੀਗਾ, ਕੁਝ ਸੋਨਾ ਸੀਗਾ ਅਤੇ ਘਰ ਦੇ ਸਕੂਟੀ ਖੜ੍ਹੀ ਸੀ, ਉਹ ਚੋਰੀ ਕਰਕੇ ਲੈ ਗਿਆ ਸੀਗਾ। ਕਿੰਨਾ ਸੋਨਿਆ ਸਮਾਨ ਸੀਗਾ ਜਿਹੜਾ ਇਹਦੇ ਵਿੱਚ ਹੈਗਾ? ਜਿੰਨਾ ਨਾ ਲਗਾਇਆ ਕਰੀਬ 22 ਤੋਲੇ ਸੋਨਾ ਲਗਾਇਆ ਨਾ ਇਹਨਾਂ ਨੇ, ਅਤੇ ਇੱਕ ਸਕੂਟੀ ਸੀਗੀ ਉਹ ਚੋਰੀ ਕਰਕੇ ਲੈ ਗਈ ਸੀ। ਸੀਸੀਟੀਵੀ ਫੁਟੇਜ ਇਹਨਾਂ ਨੇ ਇੱਕ ਪੇਸ਼ ਕੀਤੀ ਹੈ, ਉਹ ਦੇਖਿਆ, ਉਹਦੇ 'ਚ ਇੱਕ ਜਣਾ ਹੈਗਾ, ਉਹ ਦੇਖ ਰਿਹਾ ਅੱਗੇ ਜਿਹੜੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ। ਮੋਟਰਸਾਈਕਲ ਵੀ ਰਿਕਵਰ ਕੀਤਾ ਉਹਨਾਂ ਨੇ, ਉਹ ਹੁਣ ਫਰਦਰ ਉਹਦੀ ਇਨਵੈਸਟੀਗੇਸ਼ਨ ਜਾਰੀ ਹੈ। ਉਹ ਇੱਕ ਲੁਧਿਆਣੇ ਦਾ ਮੋਟਰਸਾਈਕਲ ਹੈ, ਨੰਬਰ ਹੈ, ਇੱਕ ਫਤਿਹਗੜ੍ਹ ਦਾ, ਉਹ ਦੇਖਦੇ ਵੀ ਉਹਦਾ ਲਿੰਕਡ ਹੈ ਜਾਂ ਨਹੀਂ, ਅਤੇ ਉਹਦੇ ਬਾਅਦ ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਹਾਂ, ਨੰਬਰ ਕਢਾਏ ਆ, ਉਹ ਤੋਂ ਬਾਅਦ ਜਿਸ ਹਿਸਾਬ ਨਾਲ ਹੋਊਗੀ ਇਨਵੈਸਟੀਗੇਸ਼ਨ ਆਊਗੀ ਉਸ ਹਿਸਾਬ ਨਾਲ ਕਰ ਦਿੱਤਾ। ਦੇਸ਼ ਵਿਦੇਸ਼ ਕੇ ਤਮਾਮ ਖਬਰੋਂ ਸੇ ਜੁੜੇ ਰਹਿਣੇ ਕੇ ਲਿਏ ਸਬਸਕ੍ਰਾਈਬ ਕਰੇ ਸੱਚ ਕਹੂੰ, ਔਰ ਬੈਲ ਆਇਕਨ ਪ੍ਰੈਸ ਕਰਕੇ ਪਾਏ ਹਰ ਲੇਟੈਸਟ ਅਪਡੇਟ ਸਭ ਸੇ ਪਹਿਲੇ।